ਓ ਬਾਈ ਮਿੱਤਰ ਹੁਣ ਕੀ ਹੋਇਆ? ਰੱਬਾ ਨੂੰ ਸਾਧ ਕੇ ਬਣਦਾ ਸਾਧ ਸੱਚਾ। ਹਾਂ ਚੱਲ, ਉਹਨੇ ਬ੍ਰਿਜ ਬਣਾ ਲਿਆ ਈ, ਅੰਬੂਜਾ ਸੀਮਟ ਲਾਇਆ ਉਹਨੇ। ਹਾਂ ਇਹ ਨੀ ਝੁਕਣਾ ਪੁੱਤ, ਇਹ ਨੀ ਝੁਕਣਾ। ਪਹਿਲਵਾਨੀ ਮਜ਼ਬੂਤ ਹੈ ਪੈਂਤੜੇ ਦੀ, ਇਸ ਗੱਲ ਨੂੰ ਪਊ ਇਕਬਾਲ ਕਰਨਾ। ਤੇ ਮੋੜਾ ਕਰਕੇ ਜਿਸਨੇ ਆ ਪਿੱਛੇ, ਬਾਹਰ ਆ ਜਾਓ ਜੀ, ਜੋਤੀ ਲਓ ਜੀ। ਇਹ ਦੋ ਭਲਵਾਨ ਆ, ਇੱਕ ਹੈਂਡੀਕੈਪ ਆ, ਇਹ ਜੰਮੂ ਤੋਂ ਆਇਆ ਰਕੇਸ਼, ਇੱਕ ਜਲੰਧਰ ਦਾ ਹੈ ਸ਼ਕਤੀ। ਹੱਥ ਖੜਾ ਕਰ ਬਈ, ਇਹ ਵੇਖ ਲਾ ਉਹ ਅੱਧਾ ਆ, ਤੇ ਉਹਨੇ ਅੱਧੇ ਨੇ ਵੇਖੀ ਤੇਰੇ ਪੈਰ ਨੀ ਲੱਗਣ ਦੇਣੇ, ਇਹ ਨੋਟ ਕਰ ਲਿਆ, ਮੈਂ ਵੇਖਿਆ ਨਾ ਜਾਣਨਾ ਮੈਨੂੰ। ਚਲੋ ਸ਼ੁਰੂ ਕਰੋ, ਸ਼ੁਰੂ ਕਰੋ, ਸ਼ਾਬਾਸ਼ ਸ਼ਾਬਾਸ਼, ਤੂੰ ਤਕੜਾ ਹੋ ਜਾ ਹੁਣ। ਐਨ ਲੜਾਈ ਹੱਲੇ ਦੀ ਲੜਾਈ, ਹੈਲੋ ਭਾਈ ਮਿੱਤਰ, ਇਸ ਅਖਾੜੇ ਦੀ ਸ਼ਾਨ ਬਣੀ ਹੈ, ਇੱਕ ਕੁਸ਼ਤੀ ਵੀ ਹੋਣ ਲੱਗੀ, ਅਜੇ ਨਹੀਂ ਹੋਈ, ਤੇ ਜਦ ਉਹ ਅਜੇ ਨਹੀਂ ਕੁਸ਼ਤੀ ਹੋਈ, ਅਜੇ ਕਿੱਥੇ ਹੋਈ ਆ? ਤੇ ਕੋਸ਼ਰ ਸਾਹਿਬ ਜਦੋਂ ਚੰਨ ਚੜਿਆ ਦੁਨੀਆ ਵੇਖਣ ਡਈ ਆ, ਇੱਕ ਮਿੰਟ ਜਰਾ, ਹਾਂ ਹੌਸਲੇ ਨਾਲ, ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਪੁੱਤ ਜੀਣ, ਆਪੇ ਦਾ ਮਾਰ ਕੇ ਕਹਿੰਦਾ ਜਿੱਤ ਲਿਆ ਮੈਂ, ਏਦਾਂ ਨੀ ਹੋਣਾ। ਹੈਲੋ ਹਾਂਜੀ, ਤੇ ਕੋਸ਼ਰ ਸਾਹਿਬ ਜਦੋਂ ਕੁਸ਼ਤੀ ਦੀ ਗੱਲ ਚੱਲਦੀ ਆ ਨਾ, ਤੇ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਉਹ ਅਖਾੜੇ ਆ, ਇਹ ਉਹ ਅਖਾੜੇ ਆ ਬਈ ਜਿਨ੍ਹਾਂ ਨੂੰ ਗੁਰੂ ਅੰਗਦ ਦੇਵ ਸਾਹਿਬ ਦੀ ਬਖਸ਼ਿਸ਼ ਹੈ। ਕਹਿੰਦੇ ਜਦੋਂ ਪੰਜਾਬ ਵਿੱਚ ਪਹਿਲਵਾਨੀ ਦਮ ਤੋੜ ਗਈ ਸੀ, ਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਪਹਿਲਵਾਨੀ ਦੀ ਬਾਂਹ ਫੜੀ ਸੀ, ਤੇ ਖਡੂਰ ਸਾਹਿਬ ਦੀ ਧਰਤੀ ਤੇ ਮੱਲ ਅਖਾੜੇ ਦੀ ਰਚਨਾ ਕਰਕੇ ਪਹਿਲਵਾਨ ਨੂੰ ਲੰਗੋਟੇ ਵਾਲਾ ਸੰਤ ਤੇ ਅਖਾੜੇ ਨੂੰ ਖੜਾ ਪਾਤਸ਼ਾਹ ਕਿਹਾ ਸੀ। ਉਦੋਂ ਤੋਂ ਹੁਣ ਤੱਕ ਪਹਿਲਵਾਨੀ ਨੂੰ ਸਨਮਾਨ ਮਿਲਦਾ ਹੈ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ, ਮਾਫ ਕਰਨਾ, ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮਸਕੀਨੀਏ ਪਹਿਲਵਾਨ ਦਾ ਜ਼ਿਕਰ ਕਰਕੇ ਪਹਿਲਵਾਨੀ ਨੂੰ ਸਿਰ ਅੱਖਾਂ ਤੇ ਬਿਠਾ ਲਿਆ ਸੀ, ਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਰਬਾਰ ਸਾਹਿਬ ਦੇ ਸਾਹਮਣੇ ਜਦੋਂ ਅਸੀਂ ਅੰਦਰ ਜਾਂਦੇ ਸ਼ੇਰਾਂ ਵਾਲੇ ਦਰਵਾਜ਼ੇ ਤੋਂ ਗੁਰਦੁਆਰਾ ਮੱਲ ਅਖਾੜਾ ਬਣਵਾਇਆ ਸੀ, ਤੇ ਉਦੋਂ ਤੋਂ ਲੈ ਕੇ ਉਦੋਂ ਹੁਣ ਤੱਕ ਇਹਨਾਂ ਪਹਿਲਵਾਨਾਂ ਨੂੰ ਸਿਜਦਾ ਹੁੰਦੀਆਂ। ਉਹ ਬਈ ਹੁਣ ਕੀ ਹੋਇਆ? ਰੱਬਾ ਨੂੰ ਸਾਧ ਕੇ ਬਣਦਾ ਸਾਧ ਸੱਚਾ, ਪੂਜਾ ਹੁੰਦੀ ਤੇ ਲੋਕੀ ਵੀ ਝੁਕਦੇ ਨੇ, ਉਹ ਖਾਧੀਆਂ ਖੁਰਾਕਾਂ ਮਿਹਨਤਾਂ ਮਾਰਦੇ ਜੋ ਬੱਬਰ ਸ਼ੇਰ ਮੈਦਾਨੇ ਉਹੀ ਬੁੱਕਦੇ ਨੇ। ਤੂੰ ਸਵੇਰ ਇੱਕ ਚ ਪ੍ਰਾਣਾ ਦਮ ਹੋਵੇ, ਉਹ ਲੋਕੀ ਉਹਦਾ ਸਰਨਾਵਾ ਪੁੱਛਦੇ ਨੇ। ਇਹਨੇ ਸਵੇਰ ਦੇ ਮੇਰੇ ਲੀੜੇ ਪਾੜੇ ਸੀ, ਹੁਣ ਕੀ ਹੁੰਦਾ ਤੈਨੂੰ? ਲੜ ਕੁਸ਼ਤੀ ਅੱਧਾ ਤਰਨੋ ਹੈਂਡੀਕੈਪ ਹੈ, ਹਾਂ ਤੇ ਤੂੰ ਭੱਜ ਭੱਜ ਬਾਹਰ ਨੂੰ ਜਾਣਾ ਹੈ, ਕਮਾਲ ਹੈ ਤੇਰੀ ਓਏ, ਹਾਂ ਰੋਲਾ ਕਿੰਨਾ ਪਾਇਆ ਸੀ ਇਹਨੇ। ਚੱਲ ਧੌਣ ਤੇ ਗੋਡਾ ਰੱਖ, ਤਕੜੇ ਧੌਣ ਤੇ ਗੋਡਾ, ਰੋਜ਼ ਧਰਨਾ, ਮਾੜਾ ਮਾਰ ਨੀ ਰੋਜ਼ ਦੀ ਜਾ ਸਕਦਾ। ਚੱਲ ਮਾਰ ਪੁੱਠੀ, ਉੱਠ ਉੱਠ, ਆ ਪਾਇਆ ਨਾ ਊਠ ਪਾੜ ਕੇ ਨੀਚੇ ਆਏ, ਇਹ ਕੁਸ਼ਤੀ ਘੱਟ ਤੇ ਸਰਕਸ ਜ਼ਿਆਦਾ ਹੁਣ ਡਈ ਆ, ਕਰ ਲੈ ਆ ਜਾ। ਤੇ ਪਹਿਲਾਂ ਕਿੱਧਰ ਗਿਆ ਹਾਂ? ਉੱਧਰ ਘਰ ਸੁਨੇਹਾ ਦੇਣ ਗਿਆ ਹਾਂ ਮੈਂ, ਕੁਸ਼ਤੀ ਜਿੱਤਾਂ। ਅਜੇ ਨੀ ਜਿੱਤ ਹੋਈ ਪੁੱਤ, ਜਿੱਤ ਹੋਊਗੀ ਸਾਰੀ ਦੁਨੀਆ ਸਾਹਮਣੇ ਜਿੱਤ ਹੋਊ। ਹਾਂ ਚੱਲ, ਉਹਨੇ ਬ੍ਰਿਜ ਬਣਾ ਲਿਆ ਈ, ਅੰਬੂਜਾ ਸੀਮਟ ਲਾਇਆ ਉਹਨੇ। ਹਾਂ ਇਹ ਨੀ ਝੁਕਣਾ ਪੁੱਤ, ਇਹ ਨੀ ਝੁਕਣਾ। ਹਾਂ ਚੱਲ ਚੱਲ ਸਿਧਾਓ, ਹਾਂ ਤੋਂ ਹੁਣ ਤੇ ਮਾਰ ਮਾਰ ਧੋਬੀ, ਹੈਂ
ਹੈ ਧੋਈ ਜਾ ਕੱਪੜੇ ਜਿੰਨੇ ਧੋਣੇ ਹੀ ਰਕੇਸ਼ ਇਹਨੂੰ ਹਾਂ ਦੱਸ ਦੇ ਵੀ ਇੱਦਾਂ ਤਾੜੀਆਂ ਮਾਰ ਦੋ ਯਾਰ ਅੱਧਾ ਵਾ ਬਾਜੀਆਂ ਪਵਾਈ ਜਾਂਦਾ ਬਾਜੀਆਂ ਹੀ ਪਵਾਈ ਜਾਂਦਾ ਇਹ ਆਹ ਧੋਬੀ ਵਧੀ ਹੈ ਹੋਈ ਕੁਸ਼ਤੀ ਆਲਾ ਆ ਆਲਾ ਸੁਣਾ ਬਸ ਹੁਣ ਹੋਈ ਉਹ ਕੁਸ਼ਤੀ ਹੁਣ ਕੁਸ਼ਤੀ ਹੋਈ ਉਹ ਪੁੱਤਰ ਉੱਠ ਹੁਣ ਕੁਸ਼ਤੀ ਹੋ ਗਈ ਹੈ ਜਾ ਘਰ ਨੂੰ ਕੁਸ਼ਤੀ ਹੋ ਗਈ ਮੇਰਾ ਪੁੱਤਰ ਹਾਂ ਇੱਥੇ ਸੋਣਾ ਨਹੀਂ ਲੰਗਰ ਛਕ ਲਓ ਤੇ ਘਰ ਨੂੰ ਜਾਓ ਕੁਸ਼ਤੀ ਹੋ ਗਈ ਹੈ ਕੁਸ਼ਤੀ ਹੋ ਗਈ ਆ ਮੁੰਡਾ ਜਿੱਤ ਗਿਆ ਜੰਮੂ ਵਾਲਾ ਇਹਦਾ ਮਾਨ ਸਨਮਾਨ ਜ਼ਰੂਰ ਕਰੋ ਐਨ ਮੁੰਡੇ ਨੇ ਧੰਨ 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 ਕਰਾਈ ਹੈ ਉਹ ਧੰਨ ਧੰਨ ਕਰਾਈ ਹੈ